ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਅਤੇ ਹੱਥ ਲਾਲ ਕਰਨ ਦੇ ਮਾਮਲੇ 'ਚ ਜੇਲ੍ਹ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਦੁਗਰੀ ਨੂੰ ਸਥਾਨਕ ਅਦਾਲਤ ਸ਼੍ਰੀ ਪਨੀਤ ਮੋਹਾਨੀਆ ਤੋਂ ਜ਼ਮਾਨਤ ਮਿਲਣ ਕਰਕੇ ਗੋਸ਼ਾ ਅਤੇ ਦੁਗਰੀ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਉਹਨਾਂ ਦੇ ਸੈਂਕੜੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ, ਜਿਨ੍ਹਾਂ ਦੇ ਹੱਥਾਂ ਵਿੱਚ ਗੋਸ਼ਾ ਅਤੇ ਦੁਗਰੀ ਦੀ ਫੋਟੋ ਵਾਲੇ ਬੈਨਰ ਫੜੇ ਹੋਏ ਸਨ। ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਦੁਗਰੀ ਨੇ ਸਰਕਾਰ 'ਤੇ ਆਰੋਪ ਲਗਾਉਂਦੇ ਹੋਏ ਕਿਹਾ ਹੈ ਕਿ ਜੋ ਕਾਲਖ ਬੁੱਤ 'ਤੇ ਮਲੀ ਗਈ ਸੀ ਉਹ ਤਾਂ ਕਾਂਗਰਸੀਆਂ ਵੱਲੋਂ ਧੋਤੀ ਗਈ ਹੈ, ਪਰ ਜੋ ਕਾਲਖ ਮਾਸੂਮ ਬੱਚਿਆਂ ਅਤੇ ਉਹਨਾਂ ਦੇ ਮਾਂ ਬਾਪ ਭੈਣ ਭਰਾਵਾਂ ਦੇ ਸ਼ਰੇਆਮ ਕਤਲ ਦੀ ਲੱਗੀ ਹੋਈ ਹੈ ਉਹ ਕਿਵੇਂ ਧੋਤੀ ਜਾਵੇਗੀ। ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਹੈ ਕਿ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹਮੇਸ਼ਾ ਟੌਰਚਰ ਹੀ ਕੀਤਾ ਜਾਂਦਾ ਹੈ। ਉਹ ਕਾਲਕ ਤਾਂ ਇਹਨਾਂ ਨੇ ਬੁੱਤ ਤੋਂ ਧੋ ਲਈ, ਪਰ ਜਿਹੜੀ ਕਾਲਕ ਉਹ ਮਾਸੂਮਾਂ ਨੂੰ ਜਿਹਨਾਂ ਨੂੰ ਮਾਰਿਆ ਗਿਆ ਕਿ ਉਹ ਇਨਸਾਨ ਨਹੀਂ ਸੀਗੇ, ਉਹ ਵਾਲੀ ਕਾਲਕ ਕਿੱਦਾਂ ਰਾਜੀਵ ਗਾਂਧੀ ਪਰਿਵਾਰ ਧੋ ਲਊਗਾ? ਰਾਹੁਲ ਗਾਂਧੀ ਦੇ ਮੂੰਹ 'ਚ ਇੱਕ ਸ਼ਬਦ ਨਹੀਂ ਨਿਕਲ ਰਿਹਾ। ਮੈਂ ਹੈਰਾਨ ਹਾਂ, ਪਹਿਲਾਂ ਵੀ ਤਾਂ ਉਹਨਾਂ ਨੇ ਪਾਪ ਕੀਤਾ ਪਰ ਹੁਣ ਤਾਂ ਪਾਪ ਦਾ ਅੰਤ ਕਰ ਲੈਣ। ਹੁਣ ਤਾਂ ਆਪਣੀ ਮੂੰਹ ਕਹਿ ਦੇਣ ਵੀ ਸਾਡੇ ਰਾਜੀਵ ਗਾਂਧੀ ਨੇ ਕਤਲੇਆਮ ਕੀਤਾ ਸੀ, ਇਸ ਗੱਲ ਦੀ ਮਾਫ਼ੀ ਮੰਗਦੇ ਆ। ਪਰ ਇਹ ਇਕੱਲਾ ਮੇਰਾ ਸਵਾਲ ਨਹੀਂ ਹੈ, ਇਹ ਹਰ ਇੱਕ ਇਨਸਾਨ ਦਾ ਸਵਾਲ ਹੈ ਜਿਹੜਾ ਹਿੰਦੁਸਤਾਨ 'ਚ ਵੱਸਦਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਭਾਈਚਾਰਾ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਸਭ ਚਾਹੁੰਦੇ ਆ ਕਿ ਇਨਸਾਫ ਹੋਵੇ। ਜੇ ਸੱਜਣ ਕੁਮਾਰ ਦਾ ਕਤਲੇਆਮ ਪਤਾ ਲੱਗ ਗਿਆ, ਹੁਣ ਤਾਂ ਉਹ 36 ਸਾਲ ਬਾਅਦ 34 ਸਾਲ ਬਾਅਦ ਅੱਜ ਵੀ ਨਹੀਂ ਰਾਜੀਵ ਗਾਂਧੀ ਦਾ ਪਰਿਵਾਰ ਬੋਲ ਰਿਹਾ, ਅੱਜ ਬੋਲ ਰਿਹਾ। ਬਿਲਕੁਲ ਟੋਰਚਰ ਕੀਤਾ ਗਿਆ, ਨਵਾਂ ਕੰਮ ਨਹੀਂ ਕੀਤਾ ਸਰਕਾਰਾਂ ਨੇ, ਹਮੇਸ਼ਾ ਹੀ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਟੋਰਚਰ ਸਹਿਣੇ ਪੈਂਦੇ ਆ, ਪਰ ਪਰਮਾਤਮਾ ਦੀ ਲੱਠ 'ਚ ਆਵਾਜ਼ ਨਹੀਂ ਹੈ। ਦੇਖੋ ਜੀ, ਇਹ ਜਿਹੜੀ ਕਾਲਕ ਮੈਂ ਕਹਿ ਰਿਹਾ ਤਾਂ ਧੋਲੀ, ਇਹ ਤਾਂ ਬੁੱਤ ਸੀ ਜਿਹਦੇ ਅੰਦਰ ਜਾਨ ਨਹੀਂ ਸੀ, ਜਿਹਨਾਂ ਦੇ ਅੰਦਰ ਜਾਨ ਸੀ, ਜਿਹਨਾਂ ਨੂੰ ਮਾਰਿਆ ਉਹਨਾਂ ਦੀ ਆਵਾਜ਼ ਤਾਂ ਸੁਣ ਲੈਣ। ਬਿਲਕੁਲ, ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ, ਉਹੀ ਜਿਹੜਾ ਪਾਪ ਪਹਿਲਾਂ ਕੀਤਾ ਸੀ ਅੱਜ ਫਿਰ ਉਹਨਾਂ ਨੇ ਸਾਬਿਤ ਕੀਤਾ ਸੀ ਪੰਜਾਬੀ ਨੌਜਵਾਨਾਂ ਦੇ ਨਾਲ ਨਹੀਂ ਆ। ਤੇ ਇਹ ਮੈਂ ਸਮਝਦਾ ਕਿ ਕਾਂਗਰਸ ਦਾ ਅੰਤ ਆ ਚੁੱਕਾ। 25 ਤਰੀਕ ਨੂੰ ਦੇਖੋ, ਇੱਕ ਪੋਲੀਟੀਕਲ ਗੱਲ ਨਹੀਂ ਸੀਗੀ, ਪਰ ਇਹਨਾਂ ਨੇ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਸਾਰੇ ਸਮੁੱਚੇ ਭਾਈਚਾਰਿਆਂ ਨੂੰ ਬੇਨਤੀ ਕਰਾਂਗਾ, ਜਿਹੜਾ ਵੀ ਪਰਮਾਤਮਾ ਨੂੰ ਮੰਨਦਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਮੁਸਲਮਾਨ ਭਾਈਚਾਰਾ, ਸਾਰੇ ਇੱਕ ਮੇਕ ਹੋ ਕੇ ਰਹੋ। ਇਹਨਾਂ ਦੀ ਸਾਜ਼ਿਸ਼ 'ਚ ਨਾ ਫਸੋ, ਇਹ ਤੋੜਨਾ ਚਾਹੁੰਦੇ, ਅਸੀਂ ਪੰਜਾਬ ਨੂੰ ਤੋੜਨ ਨਹੀਂ ਦਿਆਂਗੇ। ਕੀ ਫਰਕ ਪੈਂਦਾ ਜੀ, ਜੇ ਇੱਕ ਬਿਲਡਿੰਗ ਤੋੜੀ ਆ, ਮੇਰੇ ਪਰਮਾਤਮਾ ਦੇ ਘਰ ਬਣਨਾ, ਇਹਦੇ ਕੱਚੀਆਂ ਬਿਲਡਿੰਗਾਂ। ਮੈਂ ਸਮਝਦਾ ਜਿਹਦੇ ਘਰ ਸ਼ੀਸ਼ੇ ਦੇ, ਉਹਨੂੰ ਪੱਥਰ ਨਹੀਂ ਮਾਰਨੇ ਚਾਹੀਦੇ। ਬਸ, ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ, ਫੋਕਸ .ਪੰਜਾਬੀ, ਯੂਰ ਸਿਟੀ, ਯੂਰ ਨਿਊਜ਼।